تہائی واجب الاحترام ذی وقار ساتھیو قابل قدر عزیز نوجوانوں اشاقان مصطفیٰ غلامان اولیاء میں بلا تخیر ماشاءاللہ سید احسان اللہ صاحب اور انہاں دے برادر اہل خانہ ماشاءاللہ بڑی سرکار دے میلاد دی سونی محفل سجائی ماشاءاللہ کثیر تعداد نال علماء کرام نعت خوانا نشیر لسان اور نقیب محفل اور حاضر محفل ٹائم بڑا متصر جا کیونکہ موقع دی مناسبت دے نال ساری صورتحال تہاڈے سامنے بلا تخیر اپنی گفتگو دا آغاز کرنا چاہنا لقد من اللہ علی المؤمنین اذ بعث فیہم رسولا اچھی کہہ دو سبحان اللہ البتہ تحقیق اللہ فرماتا ہے میں مومنہ تے احسان کیتا ہے کنا تے احسان بولو مومنہ تے اس باعث فیہم رسولا اپنا سونا محبوب دے کے اللہ فرمایا میں احسان کیتا ہے دیکھو احسان مومنہ تے جنہ تے احسان ہے پھر خوشیاں بھی انہیں منانیاں خوشیاں بھی بولو نا حاضر ہونا سارے خوشیاں بھی پنجابی دی مثال ہے منڈا جنہ گھر جمے نا خوشیاں وہ کرتا ہے کدی شریکاں نے کیتیاں اللہ فرمایا میں احسان کیتا ہے مومنہ تے بولو بولو کنہ تے احسان ہے یا اللہ مومن کون ہے الحمد دی الف تو لے کے بناس دی سین تک اے سارے دا سارا قرآن میرے نبی دی ذات سارے دا سارا قرآن میرے نبی دی ذات ذالک الکتاب لا ریب فیہ قرآن ایسی کتاب ہے جے دے اندر شک بولو بولو جے دے اندر شک جنوں پوچھو او دا دعوی ہے میں بڑا بڑا مومن ہاں بڑی توجہ جناب بڑی توجہ میں بڑا بڑا مومن ہاں ہن جنوں رب آکھے کہ اے مومن ہے اوہی مومن اچھی کہہ دو سبحان اللہ ٹائم بڑا تھوڑا ہے شارٹ تے ذرا میرا ٹائم ضائع نہ کرو تسی ذرا بس بولو جنوں رب آکھے کہ میں مومن ہاں توجہ ہے نا جنوں رب آکھے جنوں رب آکھے میں مومن ہاں وہی مومن ہے یہ تے جھگڑا کس نال بولو نا نہیں نا اے اللہ تیرے نزدیک مومن کون ہے آواز ای قرآن پڑی بلکہ ساڈا نظریہ کی ہے کہ ایک ایک حریف اے سونے دینا دا اے سانو دس دا وانگی اے قرآن سونے بچھرینا اے ساڑا اے ہو بردی گیانے اے سورت یارتی اے تقدی رینا اے سب املادی اے جانے اے دین کی پچھینے اور ساڑا اے ہو دین ایمان تیرے نزدیک مومن کون ہے آواز ہے یا ایوہ اللذین آمنو صلو علیہ وسلمو تسلیما میرے نزدیک مومن اوے جڑا درود بھی پڑھے تے سلام ہی پڑھے بولو بولو جڑا درود بھی پڑھے تے کلہ درود والا مومن نہیں ایتھے کل درود تے سلام دیئے سب تویا جڑا درود و سلام پڑھتا ہے السلام تو السلام علیکہ یا رسول اللہ پڑھتا او مومن
ਤੇ ਜਦੋਂ ਰੱਬ ਇਹਸਾਨ ਮੂਮਨਾ ਤੇ ਕੀਤਾ ਤੇ ਫਿਰ ਖੁਸ਼ੀ ਵੀ ਅਸੀਂ ਮਨਾਣੀ ਹੈ। ਬੋਲੋ ਨਾ, ਜਦੋਂ ਇਹਸਾਨ ਮੂਮਨਾ ਤੇ, ਇਹਸਾਨ ਸਾਹਿਬ ਜਦੋਂ ਇਹਸਾਨ ਮੂਮਨਾ ਤੇ ਹੋਇਆ ਤੇ ਖੁਸ਼ੀ ਵੀ ਮੂਮਨਾ ਹੀ। ਅੱਲਾ ਫਰਮਾਇਆ ਕੌਣ ਤੋਂ ਕਰਜ਼ ਮਖਫੀਅਨ, ਮੈਂ ਛੁਪਿਆ ਹੋਇਆ ਖਜ਼ਾਨਾ ਸਾ, ਫਾਬਬ ਤੋਂ ਮੈਨੂੰ ਮੁਹੱਬਤ ਹੋ ਗਈ ਅਨੁਰਫਾ ਪਹਿਚਾਨਿਆ ਜਾਵਾ, ਮੈਂ ਛੁਪਿਆ ਹੋਇਆ ਖਜ਼ਾਨਾ ਸਾ, ਮੈਨੂੰ ਮੁਹੱਬਤ ਹੋ ਗਈ ਫਕਾ ਬਦਾ ਕਬਦਾ ਤਾਂ ਮੈਨੂੰ ਰਹੀ ਕੁਦਰਤ ਜਿਵੇਂ ਚਾਇਆ ਇਹ ਮੁੱਠੀ ਨੂਰ ਦੀ ਪਰਕੇ ਕੀਤੀ ਸਾਹਮਣੇ ਸਾਹਮਣੇ ਰੱਖ ਕੇ ਫਰਮਾਇਆ ਸੁਮਾ ਕਾ ਲਕੂਨੀ ਹਬੀਬੀ, ਮੇਰਾ ਹਬੀਬ ਹੋ ਜਾ। ਮੇਰੇ ਕੋਲ ਟਾਈਮ ਸ਼ਾਰਟ, ਮੈਂ ਜ਼ਿਆਦਾ ਤਫਸੀਲ 'ਚ ਨਹੀਂ ਜਾ ਸਕਦਾ। ਅੱਲਾ ਫਰਮਾਇਆ ਕੁਨ ਤੋ ਕੰਜ਼ਨ ਮਖਫੀਅਨ, ਮੈਂ ਛੁਪਿਆ ਖਜ਼ਾਨਾ ਸਾ, ਫਾਹਬਬ ਤੋ ਮੈਨੂੰ ਮੁਹੱਬਤ ਹੋ ਗਈ ਅਨੁਰਫਾ ਕੇ ਪਹਿਚਾਨਾ ਜਾਵਾਂ, ਫਕਾਬ ਦਾ ਕਬ ਦਾ ਤਮ ਮੈਨੂੰ ਰਹੀ ਕੁਦਰਤ ਜਿਵੇਂ ਚਾਇਆ ਮੁੱਠੀ ਨੂਰ ਦੀ ਪਾਰ ਕੇ ਕੀਤੀ ਸਾਹਮਣੇ। ਤਵੱਜੋ ਬੜੀ, ਆਖਰੀ ਬਾਤ ਤੇ ਬੜੀ ਤਵੱਜੋ ਨਾਲ, ਫਕਾਬ ਦਾ ਕਬ ਦਾ ਤਮ ਮੈਨੂੰ ਰਹੀ ਮੁੱਠੀ ਨੂਰ ਦੀ ਪਾਰ ਕੇ ਕੀਤੀ ਸਾਹਮਣੇ। ਹੁਣ ਇੱਥੇ ਮੈਂ ਪੁੱਛਣਾ ਚਾਹੁੰਦਾ, ਜਦੋਂ ਹੈ ਛੁਪਿਆ ਖਜ਼ਾਨਾ ਤੇ ਆਖਿਆ ਫਾਹਬਬ ਤੋ ਤੇ ਮੈਨੂੰ ਮੁਹੱਬਤ ਹੋ ਗਈ, ਜਦੋਂ ਹੈ ਛੁਪਿਆ ਤੇ ਮੁਹੱਬਤ ਕਿਹਦੇ ਨਾਲ ਹੋਈ? ਬੋਲੋ ਤੇ ਸਹੀ, ਜਦੋਂ ਹੈ ਛੁਪਿਆ। ਕਿਸਾਨ ਸਾਹਿਬ ਬੜੀ ਤਵੱਜੋ ਤੁਹਾਡੀ, ਕੌਣ ਤੋਂ ਕੰਨ ਤਨ ਮਖਫੀ ਹਨ, ਗੱਲ ਕੀਤੀ ਮੈਂ ਛੁਪਿਆ ਖਜ਼ਾਨਾ ਸੀ, ਫਾਹਬਬ ਤੋ ਮੈਨੂੰ ਮੁਹੱਬਤ ਹੋ ਗਈ, ਜਦੋਂ ਅਹਦੀਕਤ ਦੀ ਗੁਫਤ ਵਿੱਚ ਯਾਰ ਸੀ ਨਾ ਉਦੋਂ ਸੀ ਮੁਹੱਬਤ, ਫਕਾਬ ਦਾ ਕਬ ਦਾ ਤਮ ਮੈਨੂੰ ਰਹੀ ਜਦੋਂ ਮੁੱਠੀ ਨੂਰ ਦੀ ਪਾਰ ਕੇ ਕੀਤੀ ਸਾਹਮਣੇ ਸਾਹਮਣੇ ਕਰਕੇ ਫਰਮਾਇਆ ਸੁਮਾ ਕਾਲਾ ਕੂਨੀ ਹਬੀਬੀ, ਮੇਰਾ ਹਬੀਬ ਹੋ ਜਾ, ਮੇਰਾ ਹਬੀਬ। ਬਾਬੇ ਮੁੰਡੇ ਸ਼ਾਹ ਕਸੂਰੀ ਰਹਿਮਤੁਲਾਹ ਅਲੈਹ ਫਰਮਾਉਂਦੇ ਨੇ, ਰਾਖੀ ਸਾਮ ਨਸ਼ੀਸ਼ਾ ਇਹ ਵਾਹਦਤ ਦੀ ਦਾ, ਰਾਖੀ ਸਾਮ ਨਸ਼ੀਸ਼ਾ ਇਹ ਵਾਹਦਤ ਦੀ ਦਾ, ਅੱਜ ਰੱਬ ਦਰਬਾਰ ਸਜਾਇਆ ਏ, ਰੱਖ ਸਾਹਮਣੇ ਸ਼ੀਸ਼ਾ ਇਹ ਵਾਹਦਤ ਦਾ, ਅੱਜ ਰੱਬ ਦਰਬਾਰ ਸਜਾਇਆ ਏ, ਉਹ ਬੇਸੂਰਤ ਵਿੱਚ ਸੂਰਤ ਦੇ ਬਣ ਆਪ ਮੁਹੰਮਦ ਆਇਆ ਏ, ਇਹ ਗੱਲ ਕੋਈ ਯਾਰ ਖਤਾ ਦੀ ਨਹੀਂ, ਜੇ ਖੁਦਾ ਨਹੀਂ ਤੇ ਜੁਦਾ ਵੀ ਨਹੀਂ, ਖੁਦ ਬਣ ਕੇ ਅਹਿਮਦੀ ਇਹ ਹਮਦ ਕਰੇ, ਮੁਹੰਮਦ ਨਾਮ ਰਖਾਇਆ ਏ, ਫਕਾਬ ਦਾ ਕਬ ਦਾ ਤਮ ਮੈਨੂੰ ਰਹੀ ਕੁਦਰਤ ਜੇ ਮਚਾਇਆ ਮੁੱਠੀ ਨੂਰ ਦੀ ਪਰਤ ਕੀਤੀ ਸਾਹਮਣੇ, ਆਖਿਆ ਸੁਮਾ ਕਾਲਾ ਕੂਨੀ ਹਬੀਬੀ, ਮੇਰਾ ਹਬੀਬ ਹੋ ਜਾ। ਹੁਣ ਇੱਥੇ ਯਾਰ ਨੂੰ ਕੀਤਾ ਜ਼ਾਹਰ, ਜਦੋਂ ਮਹਿਬੂਬ ਨੇ ਨੂਰ ਨੂੰ ਜ਼ਾਹਰ ਕੀਤਾ, ਇਸ ਨੂਰ ਦੇ ਕੀਤੇ ਚਾਰ ਹਿੱਸੇ, ਸਭ ਤੋਂ ਪਹਿਲੇ ਮੁਹੱਬਤ ਕਰਨ ਵਾਲਾ ਵੀ ਖੁਦਾ ਹੈ ਤੇ ਸਭ ਤੋਂ ਪਹਿਲਾਂ ਇਸ਼ਕ ਕਰਨ ਵਾਲਾ ਵੀ ਖੁਦਾ ਹੈ। ਉੱਚੀ ਕਹੋ ਸੁਭਾਨ ਅੱਲਾਹ। ਜਦੋਂ ਯਾਰ ਨੂੰ ਜ਼ਾਹਰ ਕੀਤਾ ਨਾ, ਹੁਣ ਮੁਹਿਬ ਮਹਿਬੂਬ ਆਮਣੇ ਸਾਹਮਣੇ, ਅੱਲਾ ਫਰਮਾਇਆ ਅੰਤ ਇਸ਼ਕੀ ਵਾ ਆਣਾ ਇਸ਼ਕੀ ਕਾ ਯਾ ਰਸੂਲ ਅੱਲਾ, ਸੋਹਣਿਆ ਤੂੰ ਮੇਰਾ ਇਸ਼ਕ ਹੈ, ਮੈਂ ਰੱਬ ਹੋ ਕੇ ਤੇਰਾ ਆਸ਼ਿਕ ਹਾਂ। ਵਾ ਆਣਾ ਇਸ਼ਕੀ ਕਾ ਯਾ ਰਸੂਲ ਅੱਲਾ, ਸੋਹਣਿਆ ਤੂੰ ਮੇਰਾ ਇਸ਼ਕ ਹੈ, ਮੈਂ ਰੱਬ ਹੋ ਕੇ ਤੇਰਾ ਆਸ਼ਿਕ ਹਾਂ। ਪੀਰ ਸਿੰਘ ਦੇ ਵਾਰਿਸ ਸ਼ਾਹ ਸਰਕਾਰ ਰਹਿਮਤੁਲਾਹ ਅਲੈਹ, ਅੰਤ ਇਸ਼ਕੀ ਵਾ ਆਣਾ ਇਸ਼ਕੀ ਕਾ ਦੀ ਤਰਜਮਾਨੀ ਕੀਤੀ, ਉੱਚੀ ਵਾਣ ਕਹਿ ਦੋ ਜ਼ਰਾ ਸੁਭਾਨ ਅੱਲਾਹ, ਬੁਲੰਦ ਆਵਾਜ਼ ਨਾ ਆਵਾਜ਼ ਨਹੀਂ ਕਹਿ ਦੋ ਸੁਭਾਨ ਅੱਲਾਹ। ਪੀਰ ਬਾਦਸ਼ਾਹ ਫਰਮਾਉਂਦੇ ਨੇ, ਅਵਲ ਹਮਦ ਖੁਦਾ ਦਾ ਵਿਰਹੀ ਕੀ
ਜੇ ਮਾਸ਼ਾਅੱਲਾ ਮਨੀਰ ਸਾਹਿਬ ਤਾਂ ਬੜਾ ਨਾਂ ਹੈ ਔਰ ਬੜੇ ਦਲੇਰ ਬੰਦੇ ਨੇ ਉੱਚੀ ਬਾਣ ਨਜ਼ਰ ਕਹਿ ਦੋ ਸੁਭਾਨ ਅੱਲਾ ਅਵਲ ਹਮਦ ਖੁਦਾ ਦਾ ਜਿਉਂਦਾ ਰਹਿ ਵਿਰੀਦ ਕੀਜੇ ਇਸ਼ਕ ਕੀਤਾ ਸੁਜਗਦਾ رسول میاں عشق فیل ہے رب دی ذات فائل عاشق اس دے سبھی ਆਖਰੀ ਬਾਤ ਮੈਂ ਦੋ ਚਾਰ ਮਿੰਟ 'ਚ ਮਕਾਨਾ ਚਾਹੁੰਦਾ ਜ਼ਰਾ ਉੱਚੀ ਬਾਣ ਕਹਿ ਦੋ ਸੁਭਾਨ ਅੱਲਾ ਮੈਂ ਮਹਿਫਲ ਦੇ ਆਦਾਬ ਨੂੰ ਵੀ ਜਾਣਾ ਸਟੇਜ ਨੂੰ ਸਾਰਾ ਬੜਾ ਸਮਝਣ ਵਾਲਾ ਬੰਦਾ ਕਿਉਂਕਿ ਫਕੀਰਾਂ ਦੀ ਮਹਿਫਲ 'ਚ ਬੈਠਾ ਉੱਚੀ ਬਾਣ ਜ਼ਰਾ ਕਹਿ ਦੋ ਸੁਭਾਨ ਅੱਲਾ ਮਹਿਬੂਬ ਦੇ ਨੂਰ ਦੇ ਅੱਲਾ ਕੀਤੇ ਚਾਰ ਹਿੱਸੇ ਆਖਰੀ ਬਾਤ ਬੜੀ ਤਵੱਜੋ ਜਦੋਂ ਮਹਿਬੂਬ ਦੇ ਨੂਰ ਦੇ ਕੀਤੇ ਚਾਰ ਹਿੱਸੇ ਇੱਕ ਤੋਂ ਲੋਹ ਦੂਜੇ ਤੋਂ ਕਲਮ ਤੀਜੇ ਤੋਂ ਕੁਰਸੀ ਚੌਥੇ ਦੇ ਫਿਰ ਕੀਤੇ ਚਾਰ ਹਿੱਸੇ ਪਹਿਲੇ ਤੋਂ ਅੱਲਾ ਤਾਲਾ ਨੇ ਆਸ਼ਕਾਂ ਦੀਆਂ ਰੂਹਾਂ ਬਣਾਈਆਂ ਦੂਜੇ ਤੋਂ ਅੱਲਾ ਤਾਲਾ ਨੇ ਫਰਿਸ਼ਤੇ ਬਣਾਏ ਤੀਜੇ ਤੋਂ ਅੱਲਾ ਤਾਲਾ ਨੇ ਆਮ ਇਨਸਾਨਾਂ ਦੀਆਂ ਰੂਹਾਂ ਬਣਾਈਆਂ ਚੌਥੇ ਦੇ ਫਿਰ ਕੀਤੇ ਚਾਰ ਹਿੱਸੇ ਪਹਿਲੇ ਤੋਂ ਅੱਲਾ ਤਾਲਾ ਨੇ ਸੂਰਜ ਦੂਜੇ ਤੋਂ ਅੱਲਾ ਤਾਲਾ ਨੇ ਚੰਦ ਤੀਜੇ ਤੋਂ ਅੱਲਾ ਤਾਲਾ ਨੇ ਸਿਤਾਰੇ ਚੌਥੇ ਦੇ ਫਿਰ ਕੀਤੇ ਚਾਰ ਹਿੱਸੇ ਜਦੋਂ ਅੱਲਾ ਤਾਲਾ ਨੇ ਮਹਿਬੂਬ ਦੇ ਨੂਰ ਦੇ ਵਿੱਚੋਂ ਦੂਜੇ ਹਿੱਸੇ ਚੋਂ ਕਲਮ ਨੂੰ ਪੈਦਾ ਫਰਮਾਇਆ ਫਰਮਾਇਆ ਉਕਤਬ ਯਾ ਕਲਮ ਉਕਤਬ ਯਾ ਕਲਮ ਕਲਮੇ ਤਕਦੀਰਾਂ ਲਿਖ ਮਲ ਮਕਤਬ ਯਾ ਲਕੀ ਲਿਖ ਮਨ ਕਹਿ ਦੋ ਸੁਭਾਨ ਅੱਲਾ ਨਾਰਾ ਤਕਬੀਰ ਨਾਰਾ ਰਿਸਾਲਤ ਨਾਰਾ ਤਹਕੀਕ ਨਾਰਾ ਹੈਦਰੀ ਮਹਿਬੂਬ ਦੇ ਨੂਰ ਦੇ ਕਿਤੇ ਚਾਰ ਹਿੱਸੇ ਇੱਕ ਤੋਂ ਲੋਹ ਦੂਜੇ ਤੋਂ ਕਲਮ ਤੀਜੇ ਤੋਂ ਕੁਰਸੀ ਜਦੋਂ ਮਹਿਬੂਬ ਦੇ ਨੂਰ ਦੇ ਦੂਜੇ ਹਿੱਸੇ ਜੋ ਅੱਲਾ ਨੇ ਕਲਮ ਨੂੰ ਪੈਦਾ ਫਰਮਾਇਆ ਫਰਮਾਇਆ ਉਕਤਬ ਯਾ ਕਲਮ ਕਲਮ ਲਿਖ ਮਲ ਮਕਤਬ ਯਾ ਲਕ ਲਿਖ ਅੱਲਾ ਫਰਮਾਇਆ ਲਿਖ ਆਦਮ ਅਲੈਹ ਸਲਾਮ ਨੂੰ ਮੰਨਣ ਵਾਲੇ ਜੰਤੀ ਤਿਨਹਾ ਫਰਮਾ ਜਹਨਮੀ ਸ਼ੀਸ ਅਲੈਹ ਸਲਾਮ ਨੂੰ ਮੰਨਣ ਵਾਲੇ ਜੰਤੀ ਤਿਨਹਾ ਫਰਮਾ ਜਹਨਮੀ ਕਮੀਤ ਅਲੈਹ ਸਲਾਮ ਨੂੰ ਮੰਨਣ ਵਾਲੇ ਜੰਤੀ ਤਿਨਹਾ ਫਰਮਾ ਜਹਨਮੀ ਇਬਰਾਹੀਮ ਅਲੈਹ ਸਲਾਮ ਨੂੰ ਮੰਨਣ ਵਾਲੇ ਜੰਤੀ ਤਿਨਹਾ ਫਰਮਾ ਜਹਨਮੀ ਇਸਮਾਇਲ ਅਲੈਹ ਸਲਾਮ ਨੂੰ ਮੰਨਣ ਵਾਲੇ ਜੰਤੀ ਤਿਨਹਾ ਫਰਮਾ ਜਹਨਮੀ ਹਜ਼ਰਤ ਯਾਕੂਬ ਅਲੈਹ ਸਲਾਮ ਨੂੰ ਮੰਨਣ ਵਾਲੇ ਜੰਤੀ ਤਿਨਹਾ ਫਰਮਾ ਜਹਨਮੀ ਹੱਤਾ ਕਿ ਆਦਮ ਤੋਂ ਲੈ ਕੇ ਈਸਾ ਅਲੈਹ ਸਲਾਮ ਤੱਕ ਕਲਮ ਤਰਤੀਬ ਨਾਲ ਲਿਖਦੀ ਰਹੀ ਯਾ ਅੱਲਾ ਤੇਰੇ ਨਬੀਆਂ ਪੈਗੰਬਰਾਂ ਰਸੂਲਾਂ ਨੂੰ ਮੰਨਣ ਵਾਲੇ ਜੰਤੀ ਤਿਨਹਾ ਫਰਮਾ ਜਹਨਮੀ ਜਦੋਂ ਵਾਰੀ ਆਈ ਬਤੂਹਾ ਦੇ ਚਿਹਰੇ ਵਾਲੇ ਦੀ ਬੱਲਿਆ ਦੀਆਂ ਜ਼ੁਲਫਾਂ ਵਾਲੇ ਦੀ ਹਮੀਮ ਦੇ ਕੁੰਡਲਾਂ ਵਾਲੇ ਦੀ ਸੁਲਤਾਨ ਸਾਹਿਬ ਫਰਮਾਂ ਦੇ ਆਸ਼ਿਕ ਦੀ ਹੋਵੀ ਪਹਾੜਾ ਹੂ ਲੱਖ ਲੱਖ ਬੜੀਆਂ ਇਹ ਹਜ਼ਾਰ ਰੁਲਾਮੇ ਕਰ ਜਾਣੀ ਪਾਦੀ
ਸਜਦਿਆਂ ਸਰਦਾ ਚਾਲੀ ਇਹ ਮੇਰਾ ਕਾਮਿਲ ਬਾਹੂ ਇਹ ਭਾਵੇਂ ਕਾਫਿਰ ਕਹਿਣ ਹਜ਼ਾਰਾ ਤੇਰੀ ਤੇ ਮੇਰੀ ਵਾਰੀ ਆਈ ਕਰਮ ਲਿਖ ਲੰਗੀ ਯਾ ਅੱਲਾ ਤੇਰੇ ਮਹਿਬੂਬ ਨੂੰ ਮੰਨਣ ਵਾਲੇ ਜਮਤੀ ਨਾ ਫਰਮਾਨ ਲਿਖ ਲੰਗੀ ਅੱਲਾ ਫਰਮਾਇਆ ਤਾ ਅਦਬ ਯਾ ਕਲਮ ਕਲਮੇ ਅਦਬ ਕਰ ਇੱਕ ਹਜ਼ਾਰ ਸਾਲ ਤੱਕ ਕਲਮ ਕੰਮ ਦੀ ਰਹੀ ਜਦੋਂ ਇੱਕ ਹਜ਼ਾਰ ਸਾਲ ਪੂਰਾ ਹੋਇਆ ਅੱਲਾ ਫਰਮਾਇਆ ਉਸ ਕੁਨ ਯਾ ਕਲਮ ਕਲਮੇ ਰੁਕ ਜਾ ਉਕਤਬ ਲਿਖ ਯਾ ਅੱਲਾ ਮੈਂ ਤਰਤੀਬ ਨਾਲ ਲਿਖਦੀ ਰਹੀ ਸਾਂ ਤੂੰ ਆਪ ਹੀ ਆਖੇ ਅਦਬ ਕਰ ਹੁਣ ਤੂੰ ਲਿਖਾ ਤੇ ਫਿਰ ਲਿਖਾਂਗੀ ਅੱਲਾ ਫਰਮਾਇਆ ਉਮਤੁਨ ਮੁਜ਼ਰਿਬਤੁਨ ਰੱਬੁਲ ਗਫੂਰ ਮੇਰੇ ਮਹਿਬੂਬ ਦੀ ਉਮਤ ਨੂੰ ਨਾ ਫਰਮਾਨ ਨਾ ਲਿਖੀ ਇਹਨਾਂ ਨੂੰ ਗੁਨਾਹਗਾਰ ਲਿਖ ਦੇ ਮੈਨੂੰ ਬਖਸ਼ਣ ਵਾਲਾ ਲਿਖ ਦੇ ਬਹੁਤ ਸ਼ੁਕਰੀਆ ਹਜ਼ਰਤ ਜੀ ਵਕਾਰ ਇੰਤਹਾਈ ਮੁਹਤਰਮ ਜਨਾਬ ਹਜ਼ਰਤ ਅਲਾਮਾ ਕਾਰੀ ਮੁਹੰਮਦ ਉਸਮਾਨ ਰਿਜ਼ਵੀ ਸਾਹਿਬ।